ਪਤੀ ਖਿਲਾਫ ਪਤਨੀ ਪਹੁੰਚੀ ਥਾਣੇ, ਪਾਲਤੂ ਕੁੱਤੀ ਨੂੰ ਅਗਵਾ ਕਰਨ ਦੇ ਲਗਾਏ ਇਲਜ਼ਾਮ, ਨਾ ਕੁੱਤੀ ਮਿਲੀ ਤੇ ਹੁਣ ਪਤੀ ਵੀ ਹੋ ਗਿਆ ਫਰਾਰ। ਦੱਸ ਦਈਏ ਕਿ ਪਤਨੀ ਆਪਣੇ ਪਤੀ ਦੇ ਖਿਲਾਫ ਥਾਣੇ ਪਹੁੰਚੀ ਹੈ, ਤਾਂ ਇਹ ਮਹਿਲਾ ਕਿਸੇ ਘਰ ਦੇ ਕਲੇਸ਼ ਨੂੰ ਲੈ ਕੇ ਨਹੀਂ, ਸਗੋਂ ਉਸਨੇ ਸ਼ਿਕਾਇਤ ਕੀਤੀ ਹੈ ਕਿ ਉਸਦੇ ਪਤੀ ਨੇ ਉਸਦੀ ਪਾਲਤੂ ਕੁੱਤੀ ਨੂੰ ਅਗਵਾ ਕੀਤਾ ਤੇ ਉਹਨਾਂ ਕਈ ਥਾਵਾਂ ਤੇ ਲੱਭਿਆ ਪਰ ਉਹ ਨਹੀਂ ਮਿਲੀ ਤੇ ਹੁਣ ਉਸਦਾ ਪਤੀ ਵੀ ਫਰਾਰ ਚੱਲ ਰਿਹਾ। ਦੱਸ ਦਈਏ ਕਿ ਮਾਮਲਾ ਜਗਰਾਉਂ ਤੋਂ ਸਾਹਮਣੇ ਆਇਆ, ਜਿੱਥੇ ਪਤੀ ਪਤਨੀ ਦੀ ਲੜਾਈ ਦਾ ਕਾਰਨ ਹੁਣ ਇੱਕ ਪਾਲਤੂ ਕੁੱਤੀ ਬਣ ਗਈ ਹੈ, ਜਿਸ ਨੂੰ ਕਿ ਪਰਿਵਾਰ ਸ਼ੈਫੀ ਕਹਿ ਕੇ ਬੁਲਾਉਂਦਾ ਸੀ। ਤਾਂ ਮਹਿਲਾ ਨੇ ਦੱਸਿਆ ਕਿ ਉਹ ਆਪਰੇਸ਼ਨ ਕਰਵਾਉਣ ਦੇ ਲਈ ਗਈ ਸੀ, ਤਾਂ ਜਦੋਂ ਵਾਪਸ ਆਉਂਦੀ ਹੈ ਤਾਂ ਆਪਣੇ ਪਤੀ ਤੋਂ ਪੁੱਛਦੀ ਹੈ ਕਿ ਸ਼ੈਫੀ ਕਿੱਥੇ ਹੈ, ਤਾਂ ਉਸਨੇ ਦੱਸਿਆ ਕਿ ਉਹ ਸ਼ੈਫੀ ਨੂੰ ਟ੍ਰੇਨ ਦੇ ਵਿੱਚ ਚੜਾਇਆ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਮੌਕੇ 'ਤੇ ਸਟੇਸ਼ਨ ਦੇ ਸੀਸੀਟੀਵੀ ਚੈੱਕ ਕਰਵਾਏ ਗਏ ਪਰ ਉਹ ਕਿਤੇ ਵੀ ਨਹੀਂ ਦਿਖਦੀ। ਫਿਰ ਦੂਸਰੀ ਸੀਸੀਟੀਵੀ ਦੇ ਵਿੱਚ ਉਸਦਾ ਪਤੀ ਇਸ ਕੁੱਤੀ ਨੂੰ ਲਿਜਾਂਦਾ ਹੋਇਆ ਨਜ਼ਰ ਆਉਂਦਾ। ਤਾਂ ਮਹਿਲਾ ਨੇ ਦੱਸਿਆ ਕਿ ਉਹ ਮੇਰੇ ਲਈ ਬੱਚਿਆਂ ਵਾਂਗ ਹੈ, 15 ਦਿਨਾਂ ਦੀ ਸੀ ਜਦ ਲਿਆਂਦੀ ਸੀ ਅਤੇ ਹੁਣ 10 ਸਾਲ ਦੀ ਹੋ ਗਈ ਹੈ। ਤਾਂ ਮਹਿਲਾ ਦੀ ਸ਼ਿਕਾਇਤ 'ਤੇ ਹੁਣ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੇ ਪਤੀ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਡੌਗ ਸੀ, ਇੱਕ ਫੀਮੇਲ ਸੀ, ਜਰਮਨ ਸ਼ੈਫਰਡ, ਜੋ ਕਿ ਮਤਲਬ 15 ਦਿਨਾਂ ਦੀ ਸੀ, ਰੱਖੀ ਹੋਈ ਸੀ, ਲਿਆ ਕੇ 10 ਸਾਲ ਦੀ ਹੋ ਗਈ ਸੀ ਐਕਚੁਲੀ ਉਹ। ਤਾਂ ਮੈਂ 25 ਜੁਲਾਈ ਨੂੰ ਆਪਰੇਸ਼ਨ ਕਰਵਾਉਣ ਗਈ ਸੀ ਆਪਣਾ ਪਿੱਤੇ ਦਾ, ਫਰੀਦਕੋਟ ਗਈ ਸੀਗੀ। ਉਸ ਤੋਂ ਬਾਅਦ ਮੈਨੂੰ 30 ਤਰੀਕ ਨੂੰ ਇੱਥੋਂ ਛੁੱਟੀ ਮਿਲੀ ਸੀਗੀ। ਤਾਂ ਜਦੋਂ ਮੈਂ, ਮੇਰੀ ਬੇਟੀ ਅਤੇ ਮੇਰਾ ਜਵਾਈ ਨਾਲ ਆਏ, ਉਹ ਘਰ ਵਿੱਚ ਮੈਂ ਮੌਜੂਦ ਨਹੀਂ ਪਾਈ। ਤਾਂ ਮੈਂ ਆਪਣੇ ਹਸਬੈਂਡ ਨੂੰ ਇਹੀ ਪੁੱਛਿਆ ਸੀਗਾ ਵੀ ਉਹਦਾ ਨਾਂ ਅਸੀਂ ਸ਼ੈਫੀ ਰੱਖਿਆ ਸੀ ਪਿਆਰ ਦੇ ਨਾਲ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ੈਫੀ ਕਿੱਥੇ ਹੈਗੀ ਹੈ, ਤਾਂ ਉਹਨਾਂ ਦੱਸਣ ਦੀ ਬਜਾਏ ਮੇਰੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਅਤੇ ਉਸ ਤੋਂ ਬਾਅਦ ਉਹਨਾਂ 4 ਕੁ ਦਿਨ ਮੈਂ ਐਵੇਂ ਲਗਾਤਾਰ ਮਤਲਬ ਪੁੱਛਦੇ ਰਹੀ, ਦੱਸ ਦੇਣਗੇ ਕਿੱਥੇ ਆ, ਕਦੀ ਕਹਿ ਦਿੰਦੇ ਸੀ ਫਿਰੋਜ਼ਪੁਰ ਵਾਲੀ ਟ੍ਰੇਨ 'ਤੇ ਚੜ੍ਹਾਈ ਹੈ, ਕਦੀ ਕਹਿੰਦੇ ਸੀ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਤੇ ਚੜ੍ਹਾਤੀ। ਅਤੇ ਉਸ ਤੋਂ ਬਾਅਦ ਸਾਨੂੰ ਫਿਰੋਜ਼ਪੁਰ ਕਿਹਾ ਸੀ, ਫਿਰੋਜ਼ਪੁਰ ਅਗਲੇ ਦਿਨ ਮੈਂ ਟਾਂਕੇ ਲੱਗੇ ਹੋਏ ਸੀ ਮੇਰੇ, ਮੈਂ ਅਤੇ ਮੇਰੀ ਬੇਟੀ ਅਸੀਂ ਫਿਰੋਜ਼ਪੁਰ ਸਟੇਸ਼ਨ 'ਤੇ ਚਲੇ ਗਏ ਸੀਗੇ। ਉੱਥੇ ਅਸੀਂ ਸਾਰੇ ਮਤਲਬ ਕੈਮਰੇ ਸਟੇਸ਼ਨ 'ਤੇ ਜਾ ਕੇ ਕਢਵਾਏ ਅਤੇ ਉੱਥੇ ਕੋਈ ਸਾਨੂੰ ਨਜ਼ਰ ਨਹੀਂ ਆਇਆ ਕੁਛ ਵੀ ਉੱਥੇ। ਉਸ ਤੋਂ ਬਾਅਦ ਐਨ ਜੀ ਓ ਵਾਲੇ ਹੈਗੇ, ਇੱਕ ਮੋਗੇ ਅਤੇ ਇੱਕ ਫਿਰੋਜ਼ਪੁਰ, ਅਤੇ ਉਹ ਆਏ ਸੀ ਸਾਡੇ ਕੋਲ ਇੱਥੇ ਥਾਣੇ 'ਚ ਆ ਗਏ ਸੀਗੇ ਮੋਗੇ ਵਾਲੇ। ਅਤੇ ਉਹਨਾਂ ਨੂੰ ਉਹਨੇ ਉਸੇ ਟਾਈਮ ਬਿਆਨ ਬਦਲ ਦਿੱਤੇ ਸੀ ਕਿ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਚ ਚੜ੍ਹਾਈ ਹੈ। ਸਾਡੇ ਕੋਲ ਸੀਸੀਟੀਵੀ ਕੈਮਰੇ ਫੋਟੋਜ਼ ਹੈਗੀਆਂ ਨੇ, ਸਾਰੀਆਂ ਹੈਗੀਆਂ ਨੇ, ਲੈ ਕੇ ਜਾ ਰਿਹਾ ਖਾਲੀ ਵਾਪਸ, ਸਾਰੇ ਇੱਕ ਲਿਫਾਫਾ ਵੀ ਹੱਥ ਵਿੱਚ ਹੈ, ਉਹ ਲਿਫਾਫੇ ਦਾ ਕਲਰ ਵੀ ਚੇਂਜ ਹੋ ਗਿਆ, ਪਤਾ ਨਹੀਂ ਕੀ ਆ, ਸਾਨੂੰ ਨਹੀਂ ਪਤਾ ਹੈਗਾ। ਕਿੱਡੀ ਕੁ ਸੀਗੀ ਕੁੱਤੀ ਜਦੋਂ ਤੁਸੀਂ ਪਾਲੀ ਸੀ ਅਤੇ ਹੁਣ ਕਿੰਨੀ ਉਮਰ ਸੀ ਉਹਦੀ? ਸਰ 15 ਕੁ ਦਿਨਾਂ ਦੀ ਲੈ ਕੇ ਆਏ ਸੀਗੇ ਅਤੇ ਹੁਣ 10 ਸਾਲ ਦੀ ਸੀਗੀ ਉਹ। ਇੰਨਾ ਟਾਈਮ ਫਿਰ ਤੁਹਾਡੇ ਘਰ ਰਹੀ? ਹਾਂਜੀ ਹਾਂਜੀ, ਪੂਰਾ ਪਿਆਰ ਸੀ ਜੀ। ਥੋੜ੍ਹਾ ਜਿਹਾ ਸਰ ਹੁਣ ਬਿਮਾਰ ਵੀ ਰਹਿਣ ਲੱਗ ਗਈ ਸੀ, ਕੰਨ ਥੋੜ੍ਹਾ ਜਿਹਾ ਖਰਾਬ ਹੋਣ ਲੱਗ ਗਿਆ ਸੀ ਉਹਦਾ, ਪਰ ਮੈਂ ਉਹਦਾ ਇਲਾਜ ਜਿਵੇਂ ਲਗਾਤਾਰ ਕਰਾ ਹੀ ਰਹੀ ਸੀ ਉਹਦਾ। ਪਰ ਇਹੋ ਜਿਹੀ ਕੀ ਗੱਲ ਹੋਈ ਕਿ ਮਤਲਬ ਆਪਾਂ ਇੱਕ ਕੁੱਤੀ ਦੇ ਲਈ ਆਪਣੇ ਪਤੀ ਦੇ ਖਿਲਾਫ ਹੀ ਸ਼ਿਕਾਇਤ ਦਰਜ? ਸਰ ਮੇਰੇ ਬੱਚਿਆਂ ਤੋਂ ਵੱਧ ਪਿਆਰੀ ਸੀ ਉਹ, ਮੈਂ ਦੇਖਭਾਲ ਉਹਦੀ ਕਰਦੀ ਸੀ, ਹੈ ਨਾ। ਸਵੇਰੇ ਮਾਰਨਿੰਗ ਸੈਰ 'ਤੇ ਲੈ ਕੇ ਜਾਣਾ, 3:30 ਉੱਠਦੀ ਸੀ ਮੈਂ ਸੈਰ 'ਤੇ ਲੈ ਕੇ ਜਾਣਾ, ਖੁਦ ਸੈਰ ਕਰਨ ਜਾਂਦੀ ਸੀ ਆਪ। ਤੁਹਾਡੇ ਪਤੀ ਪਸੰਦ ਨਹੀਂ ਕਰਦੇ ਸੀ ਉਹਨੂੰ? ਹਾਂ, ਹੁਣ ਉਹ ਟਾਈਮ ਤੋਂ ਬਸ ਉਹਨੂੰ ਬਸ ਮੈਨੂੰ ਕਹਿੰਦੇ ਸੀ ਕੋਹੜ ਘਰੇ ਰੱਖਿਆ, ਇਹ ਕੀਤਾ, ਇਹਦੇ ਵਾਲ ਚਲ ਉਤਰਦੇ ਹੀ ਹੁੰਦੇ ਆ, ਹੈ ਨਾ, ਅਤੇ ਵੀ ਇਹਦਾ ਕੰਨ ਖਰਾਬ ਹੋ ਗਿਆ। ਅਤੇ ਮੇਰੇ ਪਿੱਛੋਂ ਪਿੱਛੋਂ ਹੀ ਸਰਦੀ ਆਈ, ਜਿੱਦਣ ਮੈਨੂੰ ਛੁੱਟੀ ਮਿਲੀ ਮੇਰੇ ਆਉਣ ਤੋਂ ਪਹਿਲਾਂ ਹੀ, ਮੇਰੀ ਵੇਟ ਵੀ ਨਹੀਂ ਕੀਤੀ ਉਹਨਾਂ ਨੇ ਕਿ ਆ ਜਾਊਗੀ, ਫਿਰ ਆਪਾਂ ਡਿਸਕਸ ਕਰ ਲਾਂਗੇ, ਚਲੋ ਮੈਂ ਸ਼ਾਇਦ ਰਾਜ਼ੀ ਹੋ ਜਾਂਦੀ ਜਾਂ ਕੁਛ ਵੀ ਸੀਗਾ। ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ? ਸਰ ਮੈਨੂੰ ਇਹੀ ਹੈ ਕਿ ਇਨਸਾਫ ਦਿੱਤਾ ਜਾਵੇ, ਜਾਂ ਸਾਡੀ ਬਰਾਮਦ ਕਰਵਾ ਕੇ ਦਿੱਤੀ ਜਾਵੇ ਅਤੇ ਨਾਲ ਇਹਦੇ 'ਤੇ ਮਤਲਬ ਕਿ ਕੇਸ ਵੀ ਹੋਵੇ ਮੇਰੇ ਹਸਬੈਂਡ 'ਤੇ। ਹਾਂਜੀ, ਸਾਡੇ ਕੋਲ ਇੱਕ ਲੇਡੀ ਜਸਨੀਤ ਕੌਰ ਨੇ ਆਪਣੀ ਕੰਪਲੇਂਟ ਦਿੱਤੀ ਸੀਗੀ ਵੀ ਉਹਨਾਂ ਦੇ ਇੱਕ ਪੈਟ ਕੁੱਤੀ ਸੀਗੀ, ਕਾਫੀ ਓਲਡ ਸੀ, ਉਹ 10 ਸਾਲ ਉਹਦੀ ਉਮਰ ਦੱਸ ਰਹੇ ਨੇਗੇ, ਸ਼ੈਫੀ ਨਾਮ ਸੀ, ਜਰਮਨ ਸ਼ੈਫਰਡ ਬਰੀਡ ਦੀ ਉਹ ਫੀਮੇਲ ਡੌਗ ਸੀਗੀ। ਉਹਨੇ ਦੱਸਿਆ ਸੀਗਾ ਵੀ ਉਹਦੇ ਘਰ ਵਾਲਾ ਜਿਹੜਾ ਹੈ ਸੁਰਿੰਦਰਪਾਲ ਜੀ, ਉਹ ਇਹਦੀ ਜਿਹੜੀ ਫੀਮੇਲ ਡੌਗ ਹੈ ਇਹਨੂੰ ਕਾਫੀ ਟਾਈਮ ਤੋਂ ਲੈ ਕੇ ਚਲਾ ਗਿਆ ਹੈਗਾ ਅਤੇ ਉਹਨਾਂ ਨੂੰ ਸ਼ੱਕ ਆ ਵੀ ਇਹਨੇ ਕਿਤੇ ਇਹ ਕੁੱਤੀ ਨੂੰ ਮਾਰ ਦਿੱਤਾ ਹੈਗਾ। ਕੰਪਲੇਂਟ ਮੈਂ ਅੱਗੇ ਆਈ ਓ ਨੂੰ ਮਾਰਕ ਕੀਤੀ, ਉਹਨੇ ਜਿਹੜਾ ਸੁਰਿੰਦਰਪਾਲ ਆ ਸੀ ਇਹਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ, ਇਹਨੂੰ ਸ਼ਾਮਲ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸ਼ਾਮਲ ਨਹੀਂ ਹੋਇਆ ਹੈਗਾ ਜੀ।
ਅਤੇ ਕਿਉਂਕਿ ਮਾਮਲਾ ਇਹ ਸੈਂਸਿਟਿਵ ਸੀਗਾ ਤਾਂ ਫਿਰ ਅਸੀਂ ਇੱਕ ਵਾਰ ਐੱਫ ਆਈ ਆਰ ਦਰਜ ਕੀਤੀ ਹੈਗੀ ਐੱਫ ਆਈ ਆਰ ਨੰਬਰ 186 ਅੰਡਰ ਸੈਕਸ਼ਨ 325 ਆਫ ਬੀ ਐੱਨ ਐੱਸ ਅਤੇ 11 ਆ ਜਿਹੜਾ ਪ੍ਰਿਵੈਂਸ਼ਨ ਆਫ ਐਨੀਮਲ ਕਰੁਐਲਟੀ ਐਕਟ, ਅਤੇ ਇਹਦੇ 'ਚ ਇਹਨੂੰ ਅਸੀਂ ਹਲੇ ਗ੍ਰਿਫਤਾਰ ਕਰਨਾ ਜੀ। ਉਦੋਂ ਬਾਅਦ ਦੇਖਦੇ ਹਾਂ ਵੀ ਫੀਮੇਲ ਡੋਗ ਦਾ ਕੀ ਹਾਲ ਹੈ। ਉਮੀਦ ਹੈ ਜਲਦੀ ਲੱਭ ਲਈ ਹੋਊਗੀ। ਹਾਂ ਬਿਲਕੁਲ, ਰੇਡਾਂ ਕੀਤੇ ਜਾ ਰਹੇ ਨੇ ਜੀ।